ਪੁੱਛਣ ਵਾਲੇ ਉਹਨੇ ਕਿਹੜਾ ਭਾਈ ਕਿਸੇ ਨੇ ਪੁੱਛਣਾ ਜਾਂ ਉਹਨੂੰ ਕਿਹੜਾ ਕਿਸੇ ਨੇ ਜਵਾਬ ਤਲਬੀ ਹੈ ਕੋਈ ਕਰ ਸਕਦਾ ਪਾਰਲੀਮੈਂਟ ਦਾ ਫੈਸਲਾ ਹੈ ਕੋਈ ਜਵਾਬ ਤਲਬੀ ਤਾਂ ਹੈ ਨਹੀਂ ਕਿਸੇ ਨੂੰ ਇਹਦੇ ਬਾਰੇ ਚੁੱਪ ਸਾਰੇ ਚੁੱਪ ਨੇ ਇਹਦੇ ਬਾਰੇ ਇਹ ਗੱਲ ਜ਼ਰੂਰ ਹੈ ਵੀ ਫਿਰ ਉਸ ਵੇਲੇ ਉਹਨੂੰ ਫਿਰ ਇਹ ਪ੍ਰਗਟ ਕਰਨੀ ਪੈਂਦੀ ਹੈ ਗੁਰਮਤ ਹਮੇਸ਼ਾ ਪ੍ਰਗਟ ਨਹੀਂ ਰਹਿੰਦੀ ਇਸ ਬੌਧਕ ਲੈਵਲ ਦਾ ਆਦਮੀ ਜਦ ਨਹੀਂ ਹੁੰਦਾ ਇਹਦੇ ਹੀ ਅਰਥ ਉਲਟ ਹੋਣ ਲੱਗੇ ਹੁੰਦੇ ਨੇ ਉਹਨੇ ਬੌਧਕ ਲੈਵਲ ਵਾਲੇ ਪਰੇ ਲੰਘ ਜਾਂਦੇ ਨੇ ਇੱਥੇ ਫਿਰ ਉਹੀ ਰਹਿ ਜਾਂਦੇ ਨੇ ਜਿਹਨਾਂ ਦੀ ਸਮਝ ਨਹੀਂ ਆਈ ਹੁੰਦੀ ਹੌਲੀ 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 ਲੈਵਲ ਐਤਕੀ ਤਾਂ ਇਹ ਬਹੁਤ ਪਲੈਨਡ ਪ੍ਰੋਗਰਾਮ ਨਾਲ ਤਰੀਕੇ ਨਾਲ ਪਲੈਨਡ ਤਰੀਕੇ ਨਾਲ ਖਤਮ ਕੀਤਾ ਬਹੁਤ ਕਲੈਵਲ ਬਹੁਤ ਆਦਮੀ ਸੀ ਜਿਹੜੇ 80 ਰੁਪਈਏ ਲੈ ਕੇ ਜਿਹਨਾਂ ਨੂੰ ਸ਼ਹੀਦ ਕੀਤਾ ਗੁਰ ਕਹਿਣ 'ਤੇ ਪਾਬੰਦੀ ਲਾਈ ਬਹੁਤ ਡੂੰਘੀ ਜੜ ਤਕੜੀ ਡੂੰਘੀ ਕਰਤੀ ਸੀ ਐਤਕੀ ਪੁੱਟਣ ਨੂੰ ਬਹੁਤ ਚਿਰ ਲੱਗਿਆ ਇਹਨਾਂ ਨੂੰ ਸੱਚ ਦੀ ਜੜ ਪੁੱਟਣ ਨੂੰ ਚਿਰ ਲੱਗਿਆ ਫਿਰ ਤਕੜਾ ਹੋ ਗਿਆ ਇਹ ਤਾਂ ਹੁਣ ਉਹੀ ਜਾਣੇ ਕੀ ਹੈ ਸਰ ਇਹਦੇ ਤਾਂ ਆਪਾਂ ਕੀ ਕਹਿ ਸਕਦੇ ਕੀ ਦੋਵੇਂ ਪਾਸੇ ਉਹਨੇ ਹੀ ਬਣਾਏ ਨੇ ਦੋਵਾਂ ਸਰਿਆਂ ਦਾ ਆਪ ਸੋ ਵੀ ਜਿਹੜੇ ਨਰਕੀ ਜੀ ਬਣਾਉਣੇ ਨੇ ਫਿਰ ਕਿੱਥੋਂ ਬਣਾਵੇ ਇੱਕ ਪਾਸੇ ਤਾਂ ਜ਼ੋਰ ਲੱਗਿਆ ਇੰਨਾ ਸੱਚ ਨੂੰ ਪ੍ਰਗਟ ਕਰਨ ਵਾਸਤੇ ਜਿਹੜੇ ਬੰਦਿਆਂ ਦੇ ਉੱਤੇ ਜ਼ੁਲਮ ਹੋਏ ਨੇ ਉਹਨਾਂ ਦੇ ਵੀ ਇਮਤਿਹਾਨੇ ਸੀ ਜਿੰਨਾ ਇਹਨੂੰ ਸਖਤੀ ਨਾਲ ਦਬਾਇਆ ਜਾਂਦਾ ਨਾ ਸੱਚ ਨੂੰ ਉਹਨੇ ਛੇਤੀ ਪ੍ਰਗਟ ਹੁੰਦਾ ਜੇ ਆਪੇ ਹੀ ਇਹ ਹੌਲੀ 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 ਹੋਵੇ ਫਿਰ ਦੇਰ ਨਾਲ ਪ੍ਰਗਟ ਹੁੰਦਾ ਕੋਈ ਦੁਬਾਰਾ ਜਨਮ ਲੈ ਲੈਂਦਾ ਜਿਹੜੇ ਕੱਚੇ ਹੁੰਦੇ ਕੱਚੇ ਫਲ ਤੋੜ ਦੀਏ ਸਾਬਤ ਬੜੇ ਹੁੰਦੇ ਨੇੜੇ ਤੇੜੇ ਹੁੰਦੇ ਨੇ ਜਿਹੜੇ ਛੇਤੀ ਫਿਰ ਦੁਬਾਰਾ ਛੇਤੀ ਆ ਜਾਂਦੇ ਭਗਤਾਂ ਦੇ ਬਾਅਦ ਗੁਰੂ ਘਰ ਦੇ ਵਿੱਚ ਜਦ ਛੇਤੀ ਦੁਬਾਰਾ ਪ੍ਰਗਟ ਹੋ ਗਈ ਨਾ ਗੁਰਮਤ ਨਾਨਕ ਨੇ ਪ੍ਰਗਟ ਕਰ ਲਈ ਭਗਤਾਂ ਦੇ ਬਾਅਦ ਇੱਕਦਮ ਬਰਾਬਰ ਕਰਤੀ ਸੀ ਕਿਸੇ ਨੂੰ ਸੋਝੀ ਨਹੀਂ ਸੀ ਗੁਰੂ ਨਾਨਕ ਤੋਂ ਫਿਰ ਪਰ ਗੁਰੂ ਨਾਨਕ ਨੂੰ ਸਿਰਫ ਪੜ੍ਹੇ ਤੋਂ ਸੋਝੀ ਆਈ ਹੈ ਕੋਈ ਬੰਦਾ ਇਹਨੇ ਨਹੀਂ ਪੜ੍ਹਾਇਆ ਨਾਨਕ ਨੂੰ ਗੁਰੂ ਨਾਨਕ ਲਈ ਤੇ ਆਏ ਹੈ ਕਿਸੇ ਦੀ ਮਦਦ ਨਹੀਂ ਅੰਗਦ ਲਈ ਤੇ ਆਏ ਨਹੀਂ ਅਮਰਦਾਸ ਲਈ ਤੇ ਆਏ ਨਹੀਂ ਧਿਆਨ ਵਿੱਚ ਨਾਨਕ ਦੀ ਆਈ ਨਾਨਕ ਦੀ ਸਮਝ ਆਈ ਹੈ ਗੱਲ ਆਹ ਗੱਲ ਉਹ ਉੱਧਰ ਕਬੀਰ ਦੇ ਸਮਝ ਆਈ ਸੀ ਗੁਰਦੀਨ ਦੀ ਵਸਤ ਕਬੀਰ ਕੋ ਲੈ ਹੋ ਵਸਤ ਭਾਵ ਕਬੀਰ ਦੀ ਨੀ ਸੰਸਾਰ ਕੋ ਲੈ ਜਿਸ ਵਸਤ ਭਾਵ ਗੁਰੂ ਨਾਨਕ ਦੇ ਧਿਆਨ ਚ ਆਈ ਹੈ ਪੜ੍ਹ ਕੇ ਆਈ ਸਾਰੇ ਟੌਪਿਕ ਜਿਹੜੇ ਕਬੀਰ ਵਾਲੇ ਨੇ ਡਿਸਕਸ ਕੀਤੇ ਹਨ ਗੁਰਬਾਣੀ 'ਚ ਸੁੱਚ ਜੂਠ ਦਾ ਸੂਤਕ ਪਤਕ ਦਾ ਸਾਰੇ ਉਹੀ ਟੌਪਿਕ ਨੇ ਸਾਰੇ ਕੀਤੇ ਡਿਸਕਸ ਸਾਬਤ ਹੁੰਦਾ ਵੀ ਬਾਣੀ ਸਾਰੀ ਗੁਰੂ ਨਾਨਕ ਕੋਲ ਸੀ ਪਰ ਇਹਨੂੰ ਸਮਝਣਾ ਵੀ ਤਾਂ ਬਹੁਤ ਵੱਡੀ ਗੱਲ ਹੈ ਹੁਣ ਵੀ ਹੈ ਸਾਡੇ ਕੋਲ ਸਮਝ ਲਓ ਆਦਮੀ ਦੇ ਵਸ ਦੀ ਗੱਲ ਨਹੀਂ ਸਮਝਣੀ ਮਨੁੱਖੀ ਬੁੱਧੀ ਦੇ ਵਸ ਦੀ ਗੱਲ ਹੀ ਨਹੀਂ ਹੁਣ ਇਹ ਵੀ ਕੋਈ ਕਹਿ ਸਕਦਾ ਜੇ ਮਨੁੱਖੀ ਬੁੱਧੀ ਦਾ ਬਸ ਦੀ ਗੱਲ ਨਹੀਂ ਫਿਰ ਇਹਨੂੰ ਸਮਝੂ ਕੌਣ ਪੈਦਾ ਹੋਊਗਾ ਕੋਈ ਫਰਿਸ਼ਤਾ ਆਊਗਾ
ਕੀ ਹੋਊਗਾ ਫਿਰ ਇਹਨੂੰ ਸਮਝਣਾ ਮਨੁੱਖੀ ਬੁੱਧੀ ਦੇ ਬਸ ਦੀ ਗੱਲ ਨਹੀਂ ਇਹ ਤੋਂ ਸਮਝਣਾ ਮਨੁੱਖੀ ਬੁੱਧੀ ਦੇ ਬਸ ਦੀ ਗੱਲ ਇਹ ਤੋਂ ਸਮਝਣਾ ਹਾਂ ਜੇ ਗੁਰਬਾਣੀ ਨੂੰ ਗੁਰੂ ਮੰਨ ਕੇ ਗੁਰਬਾਣੀ ਤੋਂ ਕੁਝ ਸਮਝਣਾ ਹੈ ਤੁਸੀਂ ਫਿਰ ਤਾਂ ਮਨੁੱਖੀ ਬੁੱਧੀ ਦੇ ਬਸ ਦੀ ਗੱਲ ਹੈ ਜੇ ਕਿਤੇ ਗੁਰਬਾਣੀ ਨੂੰ ਸਮਝਣ ਲੱਗ ਗਏ ਫਿਰ ਨਹੀਂ ਸਮਝ ਆਉਣੀ ਫਿਰ ਸਮਝ ਆਉਣੀ ਨੂੰ ਸਮਝਣ ਵਾਲਾ ਉੱਤੋਂ ਦੇਖਦਾ ਹੁੰਦਾ ਤੋਂ ਸਮਝਣ ਵਾਲਾ ਪੈਰਾਂ ਚੋਂ ਖੜ ਕੇ ਦੇਖਦਾ ਹੁੰਦਾ ਜ਼ਮੀਨ ਅਸਮਾਨ ਦਾ ਫਰਕ ਉਹ ਆਪਣੇ ਆਪ ਨੂੰ ਗੁਰਬਾਣੀ ਤੋਂ ਉੱਚਾ ਸਮਝਦਾ ਹੁੰਦਾ ਵਿਦਵਾਨ ਆਪਣੇ ਆਪ ਨੂੰ ਗੁਰਬਾਣੀ ਤੋਂ ਉੱਚਾ ਸਮਝਦਾ ਗੁਰਮੁਖ ਨਹੀਂ ਸਮਝਦਾ ਜਿੰਨਾ ਚਿਰ ਅਸੀਂ ਆਪਣੀ ਬੁੱਧੀ ਅਨੁਸਾਰ ਗੁਰਬਾਣੀ ਨੂੰ ਸਮਝਾਂਗੇ ਔਰ ਪੜ੍ਹਾਂਗੇ ਓਨਾ ਚਿਰ ਅਸੀਂ ਉੱਚੇ ਹਾਂ ਗੁਰਬਾਣੀ ਛੋਟੀ ਹੈ ਜੇ ਗੁਰਬਾਣੀ ਤੋਂ ਪੜ੍ਹਾਂਗੇ ਫਿਰ ਇਹਨੂੰ ਗੁਰੂ ਮੰਨ ਕੇ ਪੜ੍ਹਾਂਗੇ ਉਹ ਸਾਰੀਆਂ ਹੀ ਗੱਲਾਂ ਜੋ ਗੁਰਬਾਣੀ ਨੇ ਰੱਦ ਕੀਤੀਆਂ ਸੀ ਅਰਥ ਨਵੇਂ ਦਿੱਤੇ ਤੇ ਉਹ ਤਾਂ ਨਹੀਂ ਅਸੀਂ ਲਏ ਅਸੀਂ ਗੁਰਬਾਣੀ ਨੂੰ ਪੜ੍ਹਿਆ ਗੁਰਬਾਣੀ ਤੋਂ ਨਹੀਂ ਪੜ੍ਹਿਆ